ਅੱਜ ਆਪਾਂ ਇਸ ਵੀਡੀਓ ਵਿੱਚ ਰਾਹੀਂ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਬੰਗਲਾਦੇਸ਼ ਦੇ ਨੋਟਾਂ ਬਾਰੇ ਦੇਖਾਂਗੇ ਤੇ ਜਿਹੜਾ ਸਭ ਤੋਂ ਪਹਿਲਾ ਨੋਟ ਆ ਇਹ ਬੰਗਲਾਦੇਸ਼ ਦੇ 500 ਟਕੇ ਦਾ ਨੋਟ ਆ ਟਕਾ ਬੰਗਲਾਦੇਸ਼ ਦੀ ਕਰੰਸੀ ਦਾ ਨਾਮ ਤੇ ਇਹ ਜਿਵੇਂ ਆਪਣੇ 1 ਰੁਪਿਆ ਹੁੰਦਾ ਇੰਡੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ 1 ਡਾਲਰ ਹੁੰਦਾ ਉਸੇ ਤਰ੍ਹਾਂ ਬੰਗਲਾਦੇਸ਼ ਵਿੱਚ ਟਕਾ ਹੁੰਦਾ ਤੇ ਇਹ ਉਹਨਾਂ ਦੇ 500 ਰੁਪਏ ਦਾ ਨੋਟ ਆ ਤੇ ਇੱਥੇ ਉਹਦੇ ਹੱਥ ਇੱਕ ਹੱਥ ਆ ਜਿਹਦੇ ਹੱਥ ਵਿੱਚ ਇਹ ਆਪਣਾ ਚੌਲ ਫੜੇ ਹੋਏ ਨੇ ਤੇ ਇਹ ਉਹਨਾਂ ਦੀ ਆਪਣੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਇਹ ਸਾਈਡ ਦੇ ਉੱਤੇ ਕੋਈ ਇੰਗਲਿਸ਼ ਦਾ ਸ਼ਬਦ ਨਹੀਂ ਲਿਖਿਆ ਹੋਇਆ ਜਿਹਦੇ ਤੋਂ ਪਤਾ ਲੱਗ ਸਕੇ ਤੇ ਵੀ ਇਹ ਕਿੰਨੇ ਦਾ ਨੋਟ ਹੈ ਤੇ ਇੱਧਰ ਇੱਕ ਪਿਕਚਰ ਲੱਗੀ ਹੋਈ ਆ ਜ ਜਿਹਦੀ ਡਿਟੇਲ ਆਪਾਂ ਉੱਪਰ ਲਿਖ ਦਾਂਗੇ ਤੇ ਆ ਉਹਨਾਂ ਦੀ ਆਪਦੀ ਭਾਸ਼ਾ ਦੇ ਵਿੱਚ ਨੰਬਰ ਲਿਖਿਆ ਹੋਇਆ ਨੋਟ ਦਾ ਆ ਸਾਈਨ ਨੇ ਤੇ ਇਹ ਨੋਟ ਬੰਗਲਾਦੇਸ਼ ਦਾ 500 ਟਕੇ ਦਾ ਨੋਟ ਇਹ ਬੰਗਾਲੀ ਭਾਸ਼ਾ ਜਿਹੜੀ ਇਹ ਭਾਸ਼ਾ ਲਿਖੀ ਹੈ ਬੰਗਾਲੀ ਆ ਤੇ ਇਹ ਦੀ ਦੂਸਰੀ ਸਾਈਡ ਆ ਇਹ ਲਿਖਿਆ ਹੋਇਆ 500 ਟਕਾ ਇੱਥੋਂ ਆਪਾਂ ਦੇਖ ਸਕਦੇ ਹਾਂ ਬੰਗਲਾਦੇਸ਼ ਬੈਂਕ ਤੇ ਇਹ 500 ਲਿਖਿਆ ਹੋਇਆ ਇੱਥੋਂ ਪਤਾ ਲੱਗਦਾ ਇਹ ਇਹਦੇ ਬਾਰੇ ਤੇ ਇਹ ਜਿਹੜੀ ਪਿਕਚਰ ਆ ਇਹਦੇ ਬਾਰੇ ਵੀ ਆਪਾਂ ਉੱਪਰ ਉਹ ਤੁਹਾਨੂੰ ਲਿਖਿਆ ਹੋਇਆ ਦਿਖ ਜੂਗਾ ਜਿਹੜਾ ਤੁਸੀਂ ਪੜ ਸਕਦੇ ਹੋ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਵੀ 500 ਦਾ 500 ਰੁਪਏ ਦਾ ਬੰਗਲਾਦੇਸ਼ ਦਾ ਇਹ ਸਾਈਨ ਇਹ ਪਿਕਚਰ ਆ ਜਿਹੜੀ ਇਹ ਬੰਗਲਾਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸੀ ਇਹ ਉਹਦੀ ਪਿਕਚਰ ਲੱਗੀ ਹੋਈ ਆ ਤੇ ਇਹ ਇਹਦੇ ਬਾਰੇ ਆਪਾਂ ਸਾਰਾ ਡਿਟੇਲ ਲਿਖ ਦਾਂਗੇ ਉੱਪਰ ਤੇ ਉੱਪਰ ਆ ਰਹੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਦੂਸਰੀ ਸਾਈਡ ਇਸੇ ਤਰ੍ਹਾਂ ਇੱਧਰ ਵੀ ਇਹਨਾਂ ਨੇ ਕੋਈ ਇੰਗਲਿਸ਼ ਦਾ ਸ਼ਬਦ ਨਹੀਂ ਯੂਜ਼ ਕੀਤਾ ਹੋਇਆ ਸਿਰਫ ਆਪਣੀ ਮਾਤ ਭਾਸ਼ਾ ਨੂੰ ਪਾਇਲ ਦਿੱਤੀ ਗਈ ਆ ਤੇ ਇਹਦੀ ਦੂਸਰੀ ਸਾਈਡ ਇਹ ਆ ਤੇ ਇਹ ਲਿਖਿਆ ਹੋਇਆ ਬੰਗਲਾਦੇਸ਼ ਬੈਂਕ ਜਿਹਦੇ ਵੱਲੋਂ ਰੀਲੀਜ਼ ਕੀਤਾ ਜਾਂਦਾ 2010 ਦੇ ਵਿੱਚ ਇਹ ਰੀਲੀਜ਼ ਕੀਤਾ ਗਿਆ ਨੋਟ ਆ ਬੰਗਲਾਦੇਸ਼ ਗਵਰਨਮੈਂਟ ਵੱਲੋਂ ਤੇ ਇਹ ਇਹ ਜਿਵੇਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਇਦਾਂ ਆਹ ਸ਼ੇਰ ਦੀ ਫੋਟੋ ਦਿਨਦੀ ਹੈ ਇਹਦੇ ਇੱਥੇ ਇਸ ਥਾਂ ਦੇ ਉੱਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਤਾਂ ਸ਼ੇਰ ਦੀ ਫੋਟੋ ਦਿਨਦੀ ਹੈ ਇਸੇ ਤਰ੍ਹਾਂ ਇਸ ਅਕਾਊਂਟ ਇਸ ਨੋਟ ਦੇ ਵਿੱਚ ਵੀ ਤੇ ਇਹ ਤੋਂ ਅਗਲਾ ਨੋਟ ਆ ਜਿਹੜਾ ਉਹ ਵੀ 500 ਦਾ ਹੀ ਆ ਉਹ ਇਹ ਨੋਟ ਆ ਤੇ ਇਹਦੇ ਵਿੱਚ ਵੀ ਇਹਦੇ ਵਿੱਚ ਇਹਦੀ ਆਪਦੀ ਫੋਟੋ ਦਿੰਦੀ ਹੈ ਇਹਦੇ ਵਿੱਚ ਇੱਥੇ 500 ਆ ਇਹੀ ਪਿਕਚਰ ਇੱਥੇ ਲੱਗੀ ਹੋਈ ਆ ਇਹ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਉਸੇ ਵਿਅਕਤੀ ਦੀ ਫੋਟੋ ਆ ਜਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਪਹਿਲਾ ਹੋਇਆ ਤੇ ਇਹਦੇ ਵਿੱਚ ਇੱਕ ਇਹ ਹੋਇਆ ਵੀ ਇਹ ਨੋਟ ਦੇ ਵਿੱਚ ਉਹਨਾਂ ਨੇ ਜਿਹੜੇ ਆ ਅੱਖਰ ਸੀਗੇ ਇਹ ਹੁਣ ਸਮਝ ਆਉਂਦੇ ਆ ਪਹਿਲਾਂ ਵਾਲੇ ਨੋਟਾਂ ਦੇ ਵਿੱਚ ਇਹ ਅੱਖਰ ਆ ਸਮਝ ਨਹੀਂ ਸੀ ਆਉਂਦੇ ਤੇ ਇਹ ਦੀ ਦੂਸਰੀ ਸਾਈਡ ਬੰਗਲਾਦੇਸ਼ ਇੱਕ ਐਗਰੀਕਲਚਰ ਕੰਟਰੀ ਹੈ ਤੇ ਉਹਦੇ ਨਾਲ ਸੰਬੰਧ ਰੱਖਣ ਵਾਲਾ ਤੇ ਇਹ ਚੌਲ ਨੇ ਤੇ ਆਹ ਪਾਣੀ ਲਾ ਰਹੇ ਨੇ ਇਧਰਲੀ ਸਾਈਡ ਆ ਲੋਕ ਨੇ ਤੇ ਇਧਰਲੀ ਸਾਈਡ ਇੱਕ ਨਹਿਰ ਜਾ ਰਹੀ ਹੈ ਤੇ ਆ ਬਲਦਾਂ ਨਾਲ ਉਹ ਖੇਤੀ ਕਰਦੇ ਨੇ ਸਾਰਾ ਕੁਝ ਉਹਨਾਂ ਨੇ ਇਹਦੇ ਵਿੱਚ ਅ ਦਿਖਾਇਆ ਹੋਇਆਗਾ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਏ ਆ ਇਹ ਇਹ ਕਿੰਨੇ ਇਹ 100 ਦਾ ਨੋਟ ਆ ਉਹਨਾਂ ਦੇ 100% ਦਾ ਤੇ ਇਹਦੇ ਵਿੱਚ ਉਸੇ ਤਰ੍ਹਾਂ ਇੱਥੇ ਸੀ ਉਹੀ ਸ਼ੇਰ ਦੀ ਦਾ ਤੇ ਇਹ ਇਹ ਪੁਰਾਣਾ ਨੋਟ ਹੋਣ ਕਰਕੇ ਇਦੇ ਵਿੱਚ ਉਹਨਾਂ ਦੀ ਆਪਣੀ ਕਰੰਸੀ ਆਪਣੀ ਸੌਰੀ ਲੈਂਗੁਏਜ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਬੰਗਾਲੀ ਲੈਂਗੁਏਜ ਦੇ ਵਿੱਚ ਤੇ ਇਹਦੀ ਦੂਸਰੀ ਸਾਈਡ ਇਹ ਆ ਤੇ ਇਹ ਵੀ ਬੰਗ ਇਹ ਇਹ ਇੱਕ ਜਿਹੜੀ ਫੋਟੋ ਆ ਇੱਕ ਕਿਲੇ ਦੀ ਫੋਟੋ ਆ ਜਿਹੜਾ ਬਹੁਤ ਹੀ ਖੂਬਸੂਰਤ ਹੈ ਤੇ ਦੇਖਣਯੋਗ ਆ ਤੇ ਇਹਦੀ ਡਿਟੇਲ ਤੁਸੀਂ ਉੱਪਰ ਪੜ੍ਹ ਸਕਦੇ ਹੋ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਵੀ 100 ਰੁਪਏ ਦਾ ਨੋਟ ਆ ਤੇ ਜਿਹੜਾ ਇਹ ਆ ਤੁਸੀਂ ਦੇਖ ਰਹੇ ਹੋ ਇਹ ਸਕਰੀਨ ਦੇ ਉੱਤੇ ਤੇ ਇਹਦੀ ਡਿਟੇਲ ਵੀ ਤੁਸੀਂ ਉੱਤੇ ਦੇਖ ਸਕਦੇ ਹੋ ਇਹ ਕੀ ਚੀਜ਼ ਆ ਉਹਦੇ ਬਾਰੇ ਸਾਰਾ ਕੁਝ ਤੇ ਇੱਕ ਤਾਂ ਇਹਨਾਂ ਦੀ ਲੈਂਗੁਏਜ ਆਪ ਨੂੰ ਸਮਝ ਨਹੀਂ ਲੱਗਦੀ ਬਹੁਤਾ ਕੁਝ ਪਤਾ ਨਹੀਂ ਲੱਗਦਾ ਇਹਦੇ ਬਾਰੇ ਤੇ ਆ ਦੇਖੋ ਇਹਦੇ ਵਿੱਚ ਵੀ ਸ਼ੇਰ ਦੀ ਉਹਨਾਂ ਨੇ ਇੱਥੇ ਪਿਕਚਰ ਵਿੱਚ ਦੀਂਦੀ ਆ ਦਿਖਾਈ ਦਿੰਦੀ ਆ ਇਸ ਤਰ੍ਹਾਂ ਕਰਨਾ ਤੇ ਇਹਦੀ ਦੂਸਰੀ ਸਾਈਡ ਇੱਕ ਬ੍ਰਿਜ ਦੀ ਫੋਟੋ ਆ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਬ੍ਰਿਜ ਬੰਗਲਾਦੇਸ਼ ਦੇ ਵਿੱਚ ਉਹਦੀ ਪਿਕਚਰ ਲਾਈ ਗਈ ਆ 2007 ਦੇ ਵਿੱਚ ਇਹ ਰਿਲੀਜ਼ ਹੋਇਆ ਹੋਇਆ ਨੋਟ ਆ 100 ਟਕੇ ਦਾ ਤੇ ਆ ਅਗਲਾ ਨੋਟ ਆ ਜਿਹੜਾ ਉਹ ਵੀ 100 ਟਕੇ ਦਾ ਉਹ ਨੋਟ ਇਹ ਆ ਜਿਹੜਾ ਹੁਣ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇੱਥੇ ਸੇਰ ਦੀ ਫੋਟੋ ਉਹਨਾਂ ਨੇ ਜਿਵੇਂ ਬੰਦੀ ਕਰਤੀ ਹੁੰਦੀ ਹੈ ਏਸੇ ਬੰਦੇ ਦੀ ਫੋਟੋ ਆ ਗਈ ਤੇ ਇਹ ਬੰਗਲਾਦੇਸ਼ ਦਾ 100 ਦਾ ਨੋਟ ਤੇ ਬਹੁਤ ਹੀ ਖੂਬਸੂਰਤ ਇਹਦੀ ਦੂਸਰੀ ਸਾਈਡ ਉਹ ਇਹ ਆ ਤੇ ਆ ਦੇਖੋ ਇਹਦੇ ਵਿੱਚੋਂ ਇਸ ਤਰ੍ਹਾਂ ਦੇਖਦਾ ਹੈ ਤੇ 100 ਟਕਾ ਲਿਖਿਆ ਹੋਇਆ ਇਹਨਾਂ ਨੇ ਇਧਰਲੀ ਸਾਈਡ ਤੇ ਇਹਨਾਂ ਦੀ ਕਰੰਸੀ ਦਾ ਨਾਮ ਟਕਾ ਹੂਸੂਰਤ ਨੋਟ ਆ ਤੇ ਇਸ ਪਿਕਚਰ ਦਾ ਬਾਰੇ ਤੁਸੀਂ ਉੱਪਰ ਪੜ੍ਹ ਸਕਦੇ ਹੋ ਇਹਦੇ ਬਾਰੇ ਤੇ ਆ ਇਹਨਾਂ ਨੇ ਸਾਰੀ ਡਿਟੇਲ ਲਿਖੀ ਹੋਈ ਆ ਤੇ ਅਗਲਾ ਨੋਟ ਆ ਜਿਹੜਾ ਉਹ ਹੈਗਾ 60 ਰੁਪਏ ਦਾ 60 ਰੁਪਏ ਆ ਸੌਰੀ 60 ਟੱਕੇ ਦਾ ਨੋਟ ਆ ਤੇ ਉਸੇ ਤਰ੍ਹਾਂ ਹੀ ਇਹਨਾਂ ਨੇ ਆਪਣੀ ਭਾਸ਼ਾ ਨ ਜਾਨੀ ਕਿ ਬੰਗਾਲੀ ਦੇ ਵਿੱਚ ਲਿਖਿਆ ਹੋਇਆ ਇਹ ਸਾਰਾ ਕੁਝ ਕਿਉਂਕਿ ਬੰਗਲਾਦੇਸ਼ ਵਿੱਚ ਬਹੁਤੇ ਲੋਕ ਬੰਗਾਲੀ ਭਾਸ਼ਾਈ ਬੋਲਦੇ ਆ ਤੇ ਆ ਇਧਰ ਹੁਣ ਸੇ ਤਾਂ ਤੇ ਆ ਬੰਦੇ ਦੀ ਫੋਟੋ ਲਾਉਣ ਲੱਗੇ ਇਹ ਜਿਹੜਾ ਉਹਨਾਂ ਦਾ ਪਹਿਲਾ ਪ੍ਰਧਾਨ ਮੰਤਰੀ ਸੀ ਤੇ ਇਹਦੀ ਦੂਸਰੀ ਸਾਈਡ ਇਹਦੀ ਦੂਸਰੀ ਸਾਈਡ ਦੇ ਉੱਤੇ ਇਹ ਪੰਜ ਉਹਨਾਂ ਦੇ ਜਿਹੜੇ ਹੁੰਦੇ ਆ ਦੇਸ਼ ਨੂੰ ਯਾਦ ਕਰਾਉਣ ਵਾਲੇ ਕਹਿੰਦੇ ਜਨ ਸਤੰਤਰਤਾ ਸੰਗਰਮੀ ਸੰਗਰਾਮੀ ਉਹਨਾਂ ਦੀ ਪਿਕਚਰ ਲਾਈ ਹੋਈ ਆ ਤੇ ਇੱਥੇ ਲਿਖਿਆ ਵੀ ਆ ਇਹ 60 ਸਾਲ ਇਹਦੇ ਪੂਰੇ ਹੋਣ ਤੇ 1952 ਤੋਂ ਲੈ ਕੇ 2012 ਕਿਉਂਕਿ 2012 ਦੇ ਵਿੱਚ ਰਿਲੀਜ਼ ਕੀਤਾ ਗਿਆ ਨੋਟ ਉਹਨਾਂ ਦਾ 60 ਸਾਲ ਹੋਇਆ ਸੀ ਤਾਂ ਇਹ ਨੋਟ ਉਹਨਾਂ ਨੇ ਬੰਗਲਾਦੇਸ਼ ਦੀ ਗਵਰਨਮੈਂਟ ਨੇ ਉਸ ਟਾਈਮ ਸਪੈਸ਼ਲ ਇਨਾਂ ਦੀ ਯਾਦ ਵਿੱਚ ਹੀ ਜਾਰੀ ਕੀਤਾ ਸੀ ਤੇ ਇਹ 2012 ਜਿਵੇਂ ਲਿਖਿਆ ਹੋਇਆ 2000 ਬੰਗਲਾਦੇਸ਼ ਬੈਂਕ ਤੇ ਬੰਗਲਾਦੇਸ਼ ਦੇ ਸਾਰੇ ਨੋਟ ਜਾਰੀ ਕਰਨ ਦੀ ਜ਼ਿੰਮੇਵਾਰੀ ਬੰਗਲਾਦੇਸ਼ ਬੈਂਕ ਦੀ ਆ ਸੈਂਟਰ ਬੈਂਕ ਆਫ ਬੰਗਲਾਦੇਸ਼ ਜਿਵੇਂ ਆਪਣੇ ਰਿਜ਼ਰਵ ਬੈਂਕ ਆਫ ਇੰਡੀਆ ਉਸੇ ਤਰ੍ਹਾਂ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਹੈਗਾ 50 ਰੁਪਏ ਦਾ ਆ 50 ਟਕੇ ਦਾ ਤੇ ਇਹ ਬੰਗਲਾਦੇਸ਼ ਦਾ ਨੋਟ 50 ਟਕੇ ਦਾ ਤੇ ਇਧਰਲੀ ਸਾਈਡ ਬਿਲਡਿੰਗ ਦੀ ਪਿਕਚਰ ਆ ਬੰਗਲਾਦੇਸ਼ ਦੀ ਪਾਰਲੀਮੈਂਟਰੀ ਤੇ ਬੈਕ ਸਾਈਡ ਦੇ ਉੱਤੇ ਇਹ 2008 ਦੇ ਵਿੱਚ ਬਣਿਆ ਹੋਇਆ ਨੋਟ ਆ 50 ਟਕੇ ਦਾ ਤੇ ਡਿਟੇਲਸ ਤੁਸੀਂ ਉੱਪਰ ਪੜ੍ਹ ਸਕਦੇ ਹੋ ਜਿਹੜੀ ਆਪਾਂ ਸਾਰੀ ਲਿਖੀ ਆ ਪ੍ਰੋਵਾਈਡ ਕੀਤੀ ਏ ਤੁਹਾਡੇ ਲਈ ਤੇ ਇਹਦੇ ਵਿੱਚ ਇੱਥੇ ਸੇਰ ਦੀ ਪਿਕਚਰ ਆ ਆ ਦੇਖੋ ਤੇ ਇਹ ਤੋਂ 50 ਰੁਪਏ ਦੇ ਇਸ ਨੋਟ ਤੋਂ ਅਗਲਾ ਨੋਟ ਵੀ 50 ਰੁਪਏ ਦਾ ਹੀ ਆ ਉਹ ਵੀ ਲਗਭਗ ਸੇਮ ਹੀ ਆ ਸਾਰਾ ਕੁਝ ਤੇ ਫਰਕ ਕਿੱਥੇ ਆ 2010 ਇਹ 2010 ਦੇ ਵਿੱਚ ਰਿਲੀਜ਼ ਹੋਇਆ ਹੋਇਆ ਉਹ 2000 8 ਦੇ ਵਿੱਚ ਰਿਲੀਜ਼ ਹੋਇਆ ਹੋਇਆ ਸੀ ਇਹੀ ਫਰਕ ਆ ਦੋਨਾਂ 'ਚ ਹੋਰ ਕੋਈ ਫਰਕ ਨਹੀਂ ਤੇ ਜਾਂ ਸਾਈਨਾਂ ਦਾ ਫਰਕ ਆ ਜਿਹੜੇ ਗਵਰਨਰ ਤੇ ਸਾਈਨ ਹੁੰਦੇ ਤੇ ਇਹ 50 ਦਾ ਜਿਹੜਾ ਨੋਟ ਆ ਇਹ ਨਵਾਂ ਨੋਟ ਆ ਇਹ ਆਪਾਂ ਤੁਹਾਨੂੰ ਦੋਨੇ ਦਿਖਾ ਦਿੰਨੇ ਆ ਲੱਗ ਕੱਕ ਦੋਨੇ ਸੇਮ ਹੀ ਨੇ ਇਹ ਦੇਖਣ ਨੂੰ ਦੋਨੇ ਸੇਮ ਨੇ ਤੇ ਸਾਈਨ ਵੀ ਇਹਨਾਂ ਦੇ ਉੱਤੇ ਸੇਮ ਹੀ ਨੇ ਪਰ ਫਰਕ ਕਿੱਥੇ ਆ ਉਹ ਜਿਹੜੇ ਸਾਈਨ ਨੇ ਇਹਦੀ ਬੈਕ ਸਾਈਡ ਦੇ ਉੱਤੇ ਕਿਸਾਨ ਨੇ ਇਹ ਦੋ ਜਿਹੜੇ ਖੇਤੀ ਕਰਨ ਕਰਦੇ ਨੇ ਉਹਨਾਂ ਦੀ ਪਿਕਚਰ ਲਈ ਗਈ ਹੈ ਆ 2011 ਦੇ ਵਿੱਚ ਲਈ ਕੀਤਾ ਗਿਆ ਨੋਟਾ ਇਹ 2012 ਦੇ ਵਿੱਚ ਬਸ ਇਹੀ ਇਹਨਾਂ 'ਚ ਫਰਕ ਆ ਇਹ ਇਹ ਜਿਹੜੀ ਪਿਕਚਰ ਆ ਬਲਦਾਂ ਨਾਲ ਖੇਤੀ ਕਰਦੇਆਂ ਦੀ ਆ ਕਿਸਾਨਾਂ ਦੀ ਤੇ ਜੀ ਤੇ ਅਗਲਾ ਨੋਟ ਆ ਜਿਹੜਾ ਉਹ ਹੈਗਾ ਬੰਗਲਾਦੇਸ਼ ਦੇ 40 ਟਕੇ ਦਾ 40 ਟਕੇ ਦਾ ਨੋਟ ਆ ਇਹ ਇਹ ਬੰਗਲਾਦੇਸ਼ ਬੰਗਲਾਦੇਸ਼ ਦੀ 40ਵੀਂ ਅਨਿਵਰਸਰੀ ਦੇ ਉੱਤੇ ਰਿਲੀਜ਼ ਕੀਤਾ ਗਿਆ ਸੀ ਜਿਵੇਂ ਤੁਸੀਂ ਇੱਥੇ ਦੇਖ ਹੀ ਸਕਦੇ ਆ ਆ ਲਿਖਿਆ ਵਿਕਟਰੀ ਅਨਿਵਰਸਰੀ ਆਫ ਬੰਗਲਾਦੇਸ਼ ਬੰਗਲਾਦੇਸ਼ ਨੂੰ ਆਜ਼ਾਦ ਹੋਏ ਨੂੰ ਜਦੋਂ 40 ਸਾਲ ਹੋਏ ਸੀਗੇ ਪਾਕਿਸਤਾਨ ਤੋਂ ਤਾਂ ਇਹ ਉਸ ਦੀ ਯਾਦ ਵਿੱਚ ਰਿਲੀਜ਼ ਕੀਤਾ ਗਿਆ ਨੋਟ ਆ ਤੇ ਇਹ 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 ਦੇਖ ਲਓ ਇੱਕ ਤੇ ਇੱਥੇ ਇੰਗਲਿਸ਼ ਵਰਤੀ ਗਈ ਆ ਉਹਨਾਂ ਨੇ ਆ ਲਿਖਿਆ ਹੋਇਆ ਉਹਨਾਂ ਨੇ ਜਿਵੇਂ ਆਪਣੇ ਮਹਾਤਮਾ ਗਾਂਧੀ ਨੂੰ ਇਹ ਲਿਖਦੇ ਨੇ ਆ ਇੰਡੀਆ ਵਾਲੇ ਉਹਮ ਇਹਨਾਂ ਨੇ ਇੱਥੇ ਇਹਨੂੰ ਲਿਖਿਆ ਹੋਇਆ ਇਹ ਉਹਦਾ ਬੰਦੇ ਦਾ ਨਾਮ ਲਿਖਿਆ ਹੋਇਆ ਇਸ ਦਾ ਤੇ ਇਹ ਉਹਨਾਂ ਦਾ ਨੇਤਾ ਸੀਗਾ ਇੱਧਰਲੀ ਸਾਈਡ ਦੇ ਉੱਤੇ ਇਹ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਜਿਹੜਾ ਹਥਿਆਰਬੰਦ ਇੱਕ ਜੰਗ ਚੱਲੀ ਸੀਗੀ ਉਹਦੇ ਉਹਨਾਂ ਨੂੰ ਸਮਰਪਿਤ ਇੱਕ ਪਿਕਚਰ ਲਈ ਗਈ ਆ 1971 ਚ ਆਜ਼ਾਦ ਹੋਇਆ ਸੀ ਤੇ 2011 ਦੇ ਵਿੱਚ ਇਹ ਇੱਥੇ ਵੀ ਲਿਖਿਆ ਹੋਇਆ ਜਿਵੇਂ ਇਹ ਰਿਲੀਜ਼ ਹੋਇਆ ਸੀ ਇਹ ਨੋਟ 40 ਸਾਲ ਹੋਏ ਸੀਗੇ ਉਦੋਂ ਤੇ ਉਸ ਤੋਂ ਅਗਲਾ ਨੋਟ ਆ ਜਿਹੜਾ ਉਹ ਇਹ ਆ ਇਹ ਹੈਗਾ ਆਪਣਾ 20 20% ਦਾ ਨੋਟ ਆ ਇੱਕ ਤਿੰਨ ਹੀ ਲੈਂਗੁਏਜ ਨੇ ਸਮਝਾਉਂਦੀ ਇਹ 20% ਦਾ ਨੋਟ ਆ ਤੇ ਇਹਦੇ ਵਿੱਚ ਉਹ ਹੀ ਸ਼ੇਰ ਦੀ ਪਿਕਚਰ ਆ ਤੇ ਜਿਹੜਾ ਅਗਲਾ ਨੋਟ ਆ ਉਹ ਦਾ ਉਹ ਵੀ ਦੋਨੇ ਇਹ ਸੇਮ ਹੀ ਨੇ ਆਪਾਂ ਇਕੱਠੀ ਦਿਖਾ ਦਿੰਨੇ ਆ ਤੁਹਾਨੂੰ ਪਿਕਚਰ ਵਗੈਰਾ ਸਾਰਾ ਕੁਝ ਸੇਮ ਆ ਸਾਈਡ ਵੀ ਸੇਮ ਆ ਸਿਰਫ ਇਧਰਲੀ ਸਾਈਡ ਦਾ ਉਹੀ ਜਿਹੜਾ ਇਹਨਾਂ ਦੀ ਸੰ ਦਾ ਫਰਕ ਤੇ ਇਧਰਲੀ ਸਾਈਡ ਦੇ ਉੱਤੇ ਆ ਦੇਖੋ ਇਹ ਉਹਨਾਂ ਦਾ ਕਾਰੋਬਾਰ ਦੀ ਜਿਵੇਂ ਪਿਕਚਰ ਲਾਈ ਗਈ ਹੈ 20 ਟਕਾ ਲਿਖਿਆ ਹੋਇਆ ਤੇ ਇਹ 2006 ਦਾ ਤੇ ਇਹ 2008 ਦਾ ਤੇ ਇਹ ਜਿਹੜਾ ਉਹ ਕਾਰੋਬਾਰ ਕਰਦੇ ਨੇ ਉਹਨਾਂ ਦੀ ਇੱਕ ਪਿਕਚਰ ਉੱਥੋਂ ਦੇ ਲੋਕ ਜਿਹੜਾ ਕੰਮਕਾਰ ਕਰਦੇ ਨੇ ਉਹਨਾਂ ਦੀ ਪਿਕਚਰ ਇਸ ਨੋਟ ਦੇ ਉੱਤੇ ਲਾਈ ਹੋਈ ਹੈ। ਅਗਲਾ ਨੋਟ ਉਹ 20 ਉਹ ਵੀ 20 ਦਾ ਤੇ ਇਹ ਵੀ ਲਗਭਗ ਦੋਨੇ ਨੋਟ ਸੇਮ ਹੀ ਨੇ ਇੱਕ ਤਾਂ ਇਹਨਾਂ ਦਾ ਰੰਗ ਦਾ ਫਰਕ ਆ ਦੋਨਾਂ ਦਾ। ਜਿਵੇਂ ਆਪਾਂ ਦੇਖ ਦੇਖ ਹੀ ਸਕਦੇ ਆ ਵੀਡੀਓ ਦੇ ਵਿੱਚ ਤੇ ਇਹ 20 ਟਕੇ ਦੇ ਨੋਟ ਨੇ ਦੋਵੇਂ ਇੱਥੇ ਇਹਨਾਂ ਨੇ ਇੱਥੇ ਸਮਝ ਲੱਗਦੀ ਹੈ ਇਹ ਸੀਰੀਅਲ ਨੰਬਰ ਦੀ ਤੇ ਇੱਥੇ ਆਪਾਂ ਨੂੰ ਪਤਾ ਨਹੀਂ ਲੱਗਦਾ ਇਹਨਾਂ ਦਾ ਇਹ ਫਰਕ ਆ ਦੋਨਾਂ ਦਾ ਖੈਰ ਤੇ ਉਦੋਂ ਬਾਅਦ ਇਹਦੀ ਦੂਸਰੀ ਸਾਈਡ ਦੇ ਉੱਤੇ ਇਹ ਪਿਕਚਰ ਲਾਈ ਗਈ ਹੈ ਤੇ ਜਿਹਦੀ ਡਿਟੇਲ ਤੁਸੀਂ ਉੱਪਰ ਲਿਖੀ ਹੋਈ ਪੜ ਸਕਦੇ ਹੋ ਇਹ 2012 ਦੇ ਵਿੱਚ ਰਿਲੀਜ਼ ਕੀਤਾ ਗਿਆ ਨੋਟ ਆ ਤੇ ਇਹ 2000 14 ਦੇ ਵਿੱਚ ਰਿਲੀਜ਼ ਕੀਤਾ ਹੋਇਆ ਨੋਟ ਤੇ ਫੋਟੋ ਦੋਨੋਂ ਤੇ ਸੇਮ ਹੀ ਹੈ ਇੱਕ ਤਾਂ ਉਹ ਰੰਗ ਦਾ ਫਰਕ ਆ ਤੇ ਦੂਸਰਾ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਜਿਵੇਂ ਥੋੜੇ ਥੋੜੇ ਨਿੱਕੇ ਨਿੱਕੇ ਫਰਕ ਨੇ ਇਹ ਇਧਰ ਪੰਜਾਬੀ ਆਹ ਪੜਿਆ ਜਾਂਦਾ ਇਧਰ ਉਹਨਾਂ ਨੇ ਆਉਦੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਹੈਗਾ 10 ਦਾ ਇਹ ਨੋਟ 10 ਟਕੇ ਦਾ ਬੰਗਲਾਦੇਸ਼ ਦਾ ਤੇ ਇਹ ਇਹਦੇ ਉੱਤੇ ਵੀ ਇਹ ਪਿਕਚਰ ਲੱਗੀ ਹੋਈ ਹੈ ਇਹ ਦੇ ਵਿੱਚੋਂ ਵੀ ਦੇਖਦੀ ਹੈ ਉਹ ਇਹਦੇ ਤੇ ਸਾਰੀ ਲੈਂਗੁਏਜ ਉਹਨਾਂ ਦੀ ਆਪਣੀ ਲਿਖੀ ਹੋਈ ਹੈ ਬੰਗਾਲੀ ਦੇ ਵਿੱਚ ਜਿਹੜੀ ਆਪਾਂ ਨੂੰ ਪੜ੍ਹਨੀ ਨਹੀਂ ਆਉਦੀ ਤੇ ਇਸ ਨੋਟ ਦੀ ਦੂਸਰੀ ਸਾਈਡ ਉਹ ਇਹ ਆ ਤੇ ਇਹ ਉਸ ਬਿਲਡਿੰਗ ਬਾਰੇ ਸਾਰਾ ਕੁਝ ਲਿਖਿਆ ਹੋਇਆ ਤੁਸੀਂ ਡਿਟੇਲ ਚ ਪੜ੍ਹ ਸਕਦੇ ਹੋ ਤੇ 10 ਟਕੇ ਦਾ ਨੋਟ ਆ ਇਹ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਵੀ 10 ਟਕੇ ਦਾ ਹੀ ਆ ਤੇ ਉਹ ਨੋਟ ਇਹ ਆ ਇਹਦੇ ਵਿੱਚ ਵੀ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਹੀ ਲਿਖਿਆ ਹੋਇਆ ਬੰਗਾਲੀ ਵਿੱਚ ਤੇ ਇੱਥੇ ਇੱਥੇ ਵੀ ਉਹ ਮੈਂ ਇਹ ਪੜਨਾ ਵੀ ਥੋੜਾ ਜਿਹਾ ਔਖਾ ਲੱਗਦਾ ਤੇ ਇਹਦੀ ਦੂਸਰੀ ਸਾਈਡ ਇਹਦੇ ਉੱਤੇ ਇੱਕ ਡੈਮ ਦੀ ਪਿਕਚਰ ਬਣਾਈ ਗਈ ਹੈ ਡੈਮ ਇਹ ਇਹ 포ਟ ਇੱਕ ਡੈਮ ਦੀ ਆ ਇਹਨਾਂ ਦੇ ਟਕੇ ਦਾ ਨਿਸ਼ਾਨ ਉਹ ਹੁੰਦਾ ਜਿਵੇਂ ਸਿੰਬਲ ਆ ਟਕੇ ਦਾ ਸਿੰਬਲ 10 ਟਕਾ ਤੇ ਇੱਥੋਂ ਬਿਜਲੀ ਪੈਦਾ ਕੀਤੀ ਜਾਂਦੀ ਆ ਇੱਧਰ ਖੰਭੇ ਲਾਏ ਹੋਏ ਨੇ ਪੂਰੇ ਤੇ ਆਜ ਉਹਦੂ ਅਗਲਾ ਨੋਟ ਆ ਵੀ ਦਸਾਂ ਦਾ ਤੇ ਇਹਦੇ ਤੇ ਪਿਕਚਰ ਹੈਗੀ ਹੈ ਜੀ ਇਹ ਉਹੀ ਆਪਣੇ ਜਿਵੇਂ ਜੀਰੀ ਵੜਦੇ ਹੁੰਦੇ ਇਹ ਚੌਲ ਵੜ ਰਹੇ ਨੇ ਚੌਲ ਵੱਢ ਕੇ ਉਹਨਾਂ ਦੀ ਆ ਦੋ ਕਿਸਾਨ ਕਿਸਾਨਾਂ ਦੀ ਫੋਟੋ ਲਈ ਹੋਈ ਹੈ ਯਾਨੀ ਐਗਰੀਕਲਚਰ ਨਾਲ ਸੰਬੰਧਿਤ ਪਿਕਚਰ ਤੇ ਆ ਵੱਢ ਰਹੇ ਆ ਆ ਵੀ ਵੱਢ ਰਹੇ ਨੇ ਆ ਭਰੀਆਂ ਬੰਨੀਆਂ ਪਈਆਂ ਨੇ ਤੇ ਇਹ ਚੱਕ ਰਹੇ ਨੇ ਇੱਧਰ ਬੰਦੇ ਹੋਰ ਕੰਮ ਕਰ ਰਹੇ ਨੇ ਖੇਤ ਦੇ ਵਿੱਚ ਜਾਨੀ ਕਿ ਇਧਰਲੀ ਸਾਈਡ ਪੂਰੀ ਕਿਸਾਨਾਂ ਨੂੰ ਸਮਰਪਿਤ ਆ ਕਿਸਾਨਾਂ ਦੀ ਬਹੁਤ ਇੱਜ਼ਤ ਕਰਦੇ ਨੇ ਇਹ ਲੋਕ ਤੇ ਇਸ ਤੋਂ ਅਗਲਾ ਨੋਟ ਉਹ ਵੀ 10% ਦਾ ਉਹ ਇਹ ਆ ਇੱਥੇ ਇਹਦੀ ਪਿਕਚਰ ਦੇਖ ਲਈਏ ਤੇ ਇਹ ਇਹਦੇ ਉੱਤੇ ਆਪਾਂ ਇਹਦੀ ਦੂਸਰੀ ਸਾਈਡ ਇਸ ਨੋਟ ਦੀ ਉਹ ਇਹ ਆ 2012 ਦੇ ਵਿੱਚ ਰਿਲੀਜ਼ ਹੋਇਆ ਹੋਇਆ ਨੋਟ ਆ ਇਹ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਬੰਗਲਾਦੇਸ਼ ਦਾ ਦਸਾਂ ਦਾ ਉਹ ਇਹ ਆ ਇਹ ਬੰਗਲਾਦੇਸ਼ ਦੀ ਪਾਰਲੀਮੈਂਟ ਦੀ ਪਿਕਚਰ ਆ 2008 ਦੇ ਵਿੱਚ ਇਹ ਰਿਲੀਜ਼ ਕੀਤਾ ਗਿਆ ਨੋਟ ਆ ਬੰਗਲਾਦੇਸ਼ ਦੀ ਪਾਰਲੀਮੈਂਟ ਦੀ ਪਿਕਚਰ ਆ ਰੇਡਾਰ ਨੇ ਤੇ ਅੱਧਾ ਉਸੇ ਨੋਟ ਦੀ ਦੂਸਰੀ ਸਾਈਡ ਆ ਇਹ ਤੇ ਇਹ ਇਹ ਨੋਟ ਦੇ ਉੱਤੇ ਇਧਰਲੀ ਸਾਈਡ ਉਹੀ ਪੂਰੀ ਬੰਗਾਲੀ ਹੈ ਨਹੀਂ ਪੜਿਆ ਜਾਂਦਾ ਕੋਸ ਆਪਾਂ ਤੋਂ ਇਧਰਲੀ ਸਾਈਡ ਹੀ ਪੜ ਸਕਦੇ ਹਾਂ ਬੰਗਲਾਦੇਸ਼ ਬੈਂਕ 10 ਟੱਕਾ ਤੇ ਇਸ ਤੋਂ ਅਗਲਾ ਨੋਟ ਅਗਲਾ ਨੋਟ ਵੀ ਦੱਸਾਂਗਾ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਇਹਦੇ ਵਿੱਚ ਇਹ ਇਹ ਥੋੜਾ ਜਿਹਾ ਉਹ ਆ ਗਿਆ ਜਿਵੇਂ ਜਿਨ੍ਹਾਂ ਨੇ ਆਪਣੇ ਪਲਾਸਟਿਕ ਦੇ ਨੋਟ ਚੱਲੇ ਸੀ ਜਿਵੇਂ ਇੰਡੀਆ 'ਚ ਤਾਂ ਹਜੇ ਕੋਈ ਪਲਾਸਟਿਕ ਦਾ ਨੋਟ ਆਇਆ ਨਹੀਂ ਪਰ ਬੰਗਲਾਦੇਸ਼ ਵਾਲੇ ਬਲਾਨ ਮੂਰੇ ਨਿਕਲ ਗਏ ਇਹਨਾਂ 'ਚ ਪਲਾਸਟਿਕ ਦਾ ਨੋਟ ਵੀ ਆਇਆ ਹੈ ਅੱਜ ਬਹੁਤ ਹੀ ਖੂਬਸੂਰਤ ਨੋਟ ਹੈ ਬੰਗਲਾਦੇਸ਼ ਦਾ ਉਸੇ ਤਰ੍ਹਾਂ ਪਾਰਲੀਮੈਂਟ ਦੀ ਪਿਕਚਰ ਆ ਦੂਸਰੀ ਸਾਈਡ ਤੇ ਆ ਦੇ ਇਧਰ ਇਹ ਕਾਗਜ਼ ਦਾ ਇੱਥੇ ਨਹੀਂ ਪਤਾ ਲੱਗਦਾਗਾ ਕਿੱਥੇ ਪਰ ਇਹਦੇ 'ਚ ਆਹ ਦਿਓ ਦੀਨ ਦਾ ਦੂਸਰੀ ਸਾਈਡ ਤੇ ਇਹ ਬੰਗਲਾਦੇਸ਼ ਦਾ 10 ਟਕੇ ਦਾ ਨੋਟ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਹੈਗਾ 5 ਟਕੇ ਦਾ ਉਹ ਇਹ ਨੋਟ ਆ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਸਕਰੀਨ ਦੇ ਉੱਤੇ ਇਹਦੇ ਵਿੱਚ ਆਹੀ ਉਹਦੇ ਵਿੱਚ ਸ਼ੇਰ ਦੀਂ ਦਾ ਤੇ ਇਹਦੀ ਦੂਸਰੀ ਸਾਈਡ ਉਹ ਇਹ ਇੰਡਸਟਰੀਅਲ ਏਰੀਆ ਇਹ ਦਿਖਾਇਆ ਹੋਇਆ ਉਹਨਾਂ ਦਾ ਕੰਮਕਾਰ ਆਕਿਸਟੀਆਂ ਨੇ ਦੋ ਮਹਾਦ ਦੇ ਵਿੱਚ ਤੇ 2007 ਦੇ ਵਿੱਚ ਲੀਜ਼ ਹੋਇਆ ਹੋਇਆ ਨੋਟ ਆ ਇਹ ਅਗਲਾ ਨੋਟ ਆ ਜਿਹੜਾ ਉਹ ਵੀ ਪੰਜਾਂ ਦਾ ਉਹ ਇਹ ਹੈ ਇਸ ਨੋਟ ਦੀ ਦੂਸਰੀ ਸਾਈਡ ਇਹ ਹੈ 2011 ਦੇ ਵਿੱਚ ਰਿਲੀਜ਼ ਹੋਇਆ ਹੋਇਆ ਤੇ ਇਸ ਬਿਲਡਿੰਗ ਬਾਰੇ ਤੁਸੀਂ ਆ ਮੁੱਖ ਪਰ ਪੜ ਸਕਦੇ ਹੋ ਤੇ ਇਹ ਵੀ ਬਹੁਤ ਖੂਬਸੂਰਤ ਨੋਟਾਂ ਮੰਗਲਾ ਦੇ ਇਹਦੇ 5 ਟਕੇ ਤੇ ਇਸ ਤੋਂ ਅਗਲੇ ਨੋਟ ਆ ਜਿਹੜੇ ਉਹ ਹੈਗੇ ਆ 2 ਟਕੇ ਦੇ ਇਹ ਆਪਣੇ ਕੋਲੇ ਜਿਹੜੇ ਨੋਟ ਨੇ 2 ਟਕੇ ਦੇ ਇਧਰਲੀ ਸ਼ਰਦ ਦਿੱਤੇ ਉਹੀ ਲੈਂਗੁਏਜ ਜਿਹੜੀ ਆਪਾ ਪੜ ਨਹੀਂ ਸਕਦੇ ਬੰਗਾਲੀ ਤੇ ਤਿੰਨ ਨੋਟ ਨੇ ਇੱਕੋ ਜਿਹੇ ਸਾਰੇ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ ਤੇ ਫਰਕ ਹੋਈ ਆ ਸਾਈਨਾਂ ਦਾ ਗਵਨਰ ਦੇ ਆਹਾ ਆਹਾ ਦੇਖੋ ਤਿੰਨਾਂ ਦਾ ਤੇ ਜਾਂ ਇਹਦੀ ਦੂਜੀ ਸਾਈਡ ਆ ਜਿਹੜਾ ਇਹਨਾਂ ਦਾ ਇਹ ਨੈਸ਼ਨਲ ਪੰਛੀ ਆ ਜਿਹੜਾ ਇਹ ਆ ਇਹ ਬੰਗਲਾਦੇਸ਼ ਦਾ ਨੈਸ਼ਨਲ ਪੰਛੀ ਹੈ ਤੇ ਇਹ ਜੀ ਜੀ ਉਹਨਾਂ ਨੇ ਉਹਦੀ ਪਿਕਚਰ ਲਾਈ ਹੈ ਇਹ 2 ਟਕੇ ਦੇ ਨੋਟ ਦੇ ਉੱਤੇ ਤੇ ਇਹਨਾਂ ਵਿੱਚੋਂ ਆ 2007 ਦਾ ਨੋਟ ਆ ਇਹ 2002 ਦਾ ਨੋਟ ਆ ਤੇ ਇਹ 2010 ਦਾ ਨੋਟ ਇੱਥੇ ਲਿਖਿਆ ਹੋਇਆ ਤੇ ਇਹ ਇਹ ਤਿੰਨੇ ਨੋਟ ਅੱਡ-ਅੱਡ ਸੰਦੇ ਨੇ ਅਗਲਾ ਨੋਟ ਇਹ ਵੀ 2 ਟਕੇ ਦਾ ਇਹ ਇਹਦੀ ਦੂਸਰੀ ਸਾਈਡ ਦੇ ਉੱਤੇ ਇਹ ਪਿਕਚਰ 2011 ਦਾ ਇਹ ਨੋਟ ਹੈ ਤੇ ਆ ਪਿਕਚਰ ਵਾਰੀ ਆਪਾਂ ਤੁਸੀਂ ਉੱਪਰ ਲਿਖਿਆ ਹੋਇਆ ਪੜ੍ਹ ਸਕਦੇ ਹਾਂ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਹੈਗਾ ਇਹ ਇਹ ਦੋਨੇ ਨੋਟ ਲਗਭਗ ਸੇਮ ਹੀ ਨੇ ਪਰ ਫਰਕ ਉਹੀ ਪਹਿਲਾਂ ਦੀ ਤਰ੍ਹਾਂ ਇਹ ਇੱਕ ਟਕੇ ਦੇ ਨੋਟ ਨੇ ਦੋਨੇ ਤੇ ਇਹਦੇ ਉੱਤੇ ਹਿਰਨ ਹਿਰਨ ਦੀ ਪਿਕਚਰ ਬਣਾਈ ਹੋਈ ਆ ਤਿੰਨ ਹਿਰਨ ਨੇ ਇਹਦੇ ਤੇ ਦੋਨਾਂ ਨੋਟਾਂ ਦੇ ਉੱਤੇ ਤਿੰਨ ਹਿਰਨ ਨਾਲੇ ਨੋਟ ਨੇ ਤੇ ਇਹਨਾਂ ਦੀ ਦੂਸਰੀ ਸਾਈਡ ਦੇ ਉੱਤੇ ਜਿਹੜੀ ਲੈਂਗੁਏਜ ਆ ਉਹ ਬੰਗਾਲੀ ਆ ਪੂਰੀ ਤੇ ਇਹੇ ਗਵਰਨਰ ਦੇ ਸਾਈਨ ਡਿਫਰੈਂਟ ਨੇ ਆਹ ਸ਼ਹਿਰ ਦੀ ਪਿਕਚਰ ਦੇ ਅੰਦਰ ਉਹਦੇ ਵਿੱਚ ਅਸੀਂ ਉਹ ਦੇਖ ਹੀ ਸਕਦੇ ਹਾਂ ਤੇ ਇਸ ਤੋਂ ਅਗਲਾ ਨੋਟ ਆ ਜਿਹੜਾ ਉਹ ਹੈਗਾ ਇਹ 1 ਰੁਪਏ ਦਾ ਸਭ ਤੋਂ ਪੁਰਾਣਾ ਨੋਟ ਹੈ ਇਹਨਾਂ ਦਾ 1971 ਚ ਇਹ ਯਾਦ ਹੋਇਆ ਸੀ ਜਿਵੇਂ ਬੰਗਲਾਦੇਸ਼ ਇਹ ਪੁਰਾਣਾ ਨੋਟ ਉਹਨਾਂ ਦਾ 1 ਟਕੇ ਦਾ ਤੇ ਆ ਉਹ ਮੇਰੇ ਹੱਥ ਦੇ ਵਿੱਚ ਚੌਲ ਫੜੇ ਹੋਏ ਨੇ ਤੇ ਕਿਸਾਨਾਂ ਦਾ ਕਿਸਾਨੀ ਹੱਥ ਆ ਇਹ ਕਿਸਾਨਾਂ ਨੂੰ ਇਹ ਵੀ ਦਿੱਤੀ ਗਈ ਹੈ ਜਾਂਕ ਲਓ ਮਜ਼ਦੂਰ ਦਾ ਹੱਥ ਹੈ ਤੇ ਚਲੋ ਅਗਲੀ ਵੀਡੀਓ ਵਿੱਚ ਕਿਸੇ ਹੋਰ ਦੇਸ਼ ਦੀ ਦੇ ਨੋਟਾਂ ਦੇ ਨਾਲ ਫੇਰ ਮਿਲਦੇ ਹਾਂ